ਦੁਆ ਕਰਿਆ ਜੇ ਯਾਰ ਵੇਖੋ ਕਿੰਨੀ ਧੁੰਦੇ ਮੁਸਾਫਰਾਂ ਲਈ ਦੁਆ ਮੰਗਣੀ ਚਾਹੀਦੀ ਹੈ ਆਹੋ ਤੇ ਸੁੱਤੇ ਨਾ ਰਿਹਾ ਕਰੋ ਉੱਠਿਆ ਕਰੋ ਕੋਈ ਕੰਮ ਸ਼ਾਮ ਕਰਿਆ ਕਰੋ ਸਵੇਰ ਸਵੇਰੇ ਉੱਠ ਕੇ ਮੰਜੀ 'ਤੇ ਜਾਣ ਹੀ ਨਹੀਂ ਬਿਸਤਰੇ 'ਤੇ ਛੱਡਦੇ ਤੁਸੀਂ ਕਿਉਂਕਿ ਕੰਮਾਂ ਕਾਜਾਂ ਵਾਲੇ ਬੰਦੇ ਨਿਕਲੇ ਨੇ ਨਮਾਜ਼ ਪੜ੍ਹੋ ਫਿਰ ਵਾਕ ਕਰੋ ਫਿਰ ਅਗਲੇ ਕੰਮ ਤੇ ਜਾਓ ਹਾਂਜੀ ਚਲੋ ਉੱਠੋ ਸਾਰੇ